ਅਬੋਹਰ 'ਚ ਔਰਤਾਂ ਸੁਰੱਖਿਅਤ ਨਹੀਂ ਹਨ, ਇਸ ਦਾ ਸਬੂਤ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨ ਹਥਿਆਰ ਦੀ ਨੋਕ ਤੇ ਇੱਕ ਸਕੂਲੀ ਅਧਿਆਪਕਾਂ ਤੋਂ ਉਸਦੇ ਗਲ ਵਿੱਚ ਪਈ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਬੇਸ਼ੱਕ ਅਧਿਆਪਕਾਂ ਨੇ ਇਹਨਾਂ ਲੁਟੇਰਿਆਂ ਦਾ ਮੁਕਾਬਲਾ ਅਤੇ ਬਚਣ ਦੀ ਕੋਸ਼ਿਸ਼ ਕਰਦਿਆਂ ਬਹਾਦਰੀ ਨਾਲ ਆਪਣੀ ਸਕੂਟਰੀ ਨੂੰ ਭਜਾਇਆ। ਲੁਟੇਰੇ ਜਦ ਤੱਕ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋ ਗਏ ਤਦ ਤੱਕ ਉਹਨਾਂ ਅਧਿਆਪਕਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਇਸ ਦੌਰਾਨ ਸਕੂਟਰੀ ਸਮੇਤ ਅਧਿਆਪਕਾ ਡਿੱਗ ਪਈ, ਜਿਸ ਤੋਂ ਬਾਅਦ ਲੁਟੇਰੇ ਚੈਨ ਖੋਹ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਅਬੋਹਰ ਦੇ DSP ਗੁਰਵਿੰਦਰ ਸਿੰਘ ਸੰਘਾ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਤੁਰੰਤ ਹੀ ਸੰਬੰਧਿਤ ਪੁਲਿਸ ਥਾਣਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਤਫਤੀਸ਼ ਤੋਂ ਬਾਅਦ ਅਧਿਕਾਰੀਆਂ ਨੂੰ ਨਕਾਬ ਪੋਸ਼ਣ ਦੀ ਤਲਾਸ਼ ਦੀ ਸਖ਼ਤ ਹਦਾਇਤ ਦਿੱਤੀ। ਪਰ ਜਾਂਚ ਲਈ ਪਹੁੰਚੇ ASI ਸਾਹਿਬ ਸਿੰਘ ਇਸ ਮਾਮਲੇ ਨੂੰ ਬੋਝ ਹੀ ਸਮਝਦੇ ਹਨ, ਜਿਨ੍ਹਾਂ ਦੇ ਬੋਲਣ ਦੇ ਵਤੀਰੇ ਤੋਂ ਹੀ ਇਹ ਸਾਬਿਤ ਹੁੰਦਾ ਸੀ। ਪਿੰਡ ਆਜ਼ਮ ਵਾਲਾ ਸਰਕਾਰੀ ਸਕੂਲ ਦੀ ਅਧਿਆਪਿਕਾ ਅਤੇ ਨਿਊ ਸੂਰਜ ਨਗਰੀ ਗਲੀ ਨੰਬਰ 5 ਵਾਸੀ ਸ਼ੈਲੀ ਛਾਬੜਾ ਇਸ ਘਟਨਾ ਤੋਂ ਕਾਫੀ ਡਰੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਉਹ ਉਸਦਾ ਕਿੱਥੋਂ ਪਿੱਛਾ ਕਰ ਰਹੇ ਸਨ। ਜਦ ਉਹ ਆਪਣੇ ਘਰ ਦੇ ਨਜ਼ਦੀਕ ਵਾਲੀ ਗਲੀ 'ਚ ਪਹੁੰਚੀ ਤਾਂ ਉਸ ਨੂੰ ਪਤਾ ਚੱਲ ਗਿਆ ਕਿ ਮੋਟਰਸਾਈਕਲ ਵਾਲੇ ਉਸਦਾ ਪਿੱਛਾ ਕਰ ਰਹੇ ਸਨ। ਉਸਨੇ ਆਪਣੇ ਬਚਾਅ ਲਈ ਕੋਸ਼ਿਸ਼ ਕੀਤੀ ਪਰ ਉਹ ਡਿੱਗ ਪਈ ਅਤੇ ਉਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਹਥਿਆਰ ਦਿਖਾਇਆ ਤਾਂ ਉਸਨੇ ਵਿਰੋਧ ਨਹੀਂ ਕੀਤਾ ਤੇ ਉਹ ਚੈਨ ਖੋ ਕੇ ਭੱਜ ਗਏ। ਪਤਾ ਨਹੀਂ, ਮੈਨੂੰ ਨਹੀਂ ਪਤਾ ਕਹਾਂ ਸੇ ਆ ਰਹੇ ਥੇ ਉਹ, ਕਾਫੀ ਦੇਰ ਸੇ ਜੋ ਹਮਨੇ ਫੁਟੇਜ ਦੇਖੀ ਹੈ ਪੀਛੇ ਸੇ, ਕਾਫੀ ਪੀਛੇ ਸੇ ਲਗੇ ਹੋਏ ਥੇ ਸਾਥ ਪੀਛੇ ਮੇਰੇ, ਲੇਕਿਨ ਇਹ 7 ਨੰਬਰ ਮੈਨੇ ਐਂਟਰ ਕੀਆ ਨਿਊ ਸੂਰਜ ਨਗਰੀ, 7 ਸੇ ਇਧਰ 4 ਕੀ ਤਰਫ ਆ ਰਹੀ ਥੀ, ਤੋ 4 ਔਰ 5 ਕੀ ਮਤਲਬ 7 ਮੈਨੇ ਐਂਟਰ ਕੀਆ ਤੋ ਮੁਝੇ ਪਤਾ ਚਲ ਗਿਆ ਥਾ ਕਿ ਮੇਰਾ ਪੀਛਾ ਕਰ ਰਹੇ ਹੈ, ਟੂ ਐਕਟਿਵਾ ਖੂਬ ਫਾਸਟ ਕੀ ਮੈਨੇ ਆਪਣੀ ਤਰਫ ਸੇ ਬਹੁਤ ਕੋਸ਼ਿਸ਼ ਕੀ, ਲੇਕਿਨ ਸਾਈਡ ਨਹੀਂ ਲੈ ਸਕਤੀ ਥੀ, ਸਾਈਡ ਹੋ ਗਈ ਬਿਲਕੁਲ ਐਕਟਿਵਾ ਔਰ ਸਾਈਡ ਔਰ ਥੀ ਨਹੀਂ ਮੇਰੇ ਪਾਸ, ਜਿਸ ਵਜ੍ਹਾ ਸੇ ਮੈਂ ਗਿਰ ਗਈ। ਬਿਲਕੁਲ ਮੇਰੇ ਪਾਸ ਆ ਗਏ, ਬਾਈਕ ਲੱਗਿਆ ਬਿਲਕੁਲ ਸਾਥ ਮੇਂ, ਉਹਨਾਂ ਨੇ ਸਨੈਚ ਕਰਨ ਦੀ ਜੈਸੀ ਕੋਸ਼ਿਸ਼ ਕੀ ਤੋ ਮੇਰੀ ਐਕਟਿਵਾ ਇਮਬੈਲੈਂਸ ਹੋ ਗਈ ਔਰ ਮੈਂ ਗਿਰ ਗਈ ਨੀਚੇ। ਉਸ ਵਜ੍ਹਾ ਸੇ ਉਹਨਾਂ ਨੇ ਸਨੈਚ ਕਰਨ ਦੀ ਕੋਸ਼ਿਸ਼ ਕੀ, ਮੈਨੇ ਥੋੜ੍ਹਾ ਰਿਜ਼ਿਸਟ ਕੀਆ ਕਿ ਨਾ ਲੇ, ਲੇਕਿਨ ਉਹਨਾਂ ਨੇ ਫਿਰ ਅੱਗੇ ਸੇ ਵੈਪਨ ਦਿਖਾਇਆ ਮੁਝੇ, ਫਿਰ ਮੈਨੇ ਉਨਕੋ ਸਰ ਬਿਲਕੁਲ ਰਿਜ਼ਿਸਟ ਨਹੀਂ ਕੀਆ ਔਰ ਛਿਨ ਕੇ ਭਾਗ ਗਿਆ। ਹਥਿਆਰ ਬਾਰੇ ਸ਼ੈਲੀ ਛਾਬੜਾ ਕਹਿੰਦੀ ਹੈ ਕਿ ਅਧਿਆਪਕ ਬਿਰਾਦਰੀ ਦੇ ਆਉਣ ਜਾਣ ਦਾ ਸਮਾਂ ਨਿਸ਼ਚਿਤ ਹੈ ਅਤੇ ਜੇਕਰ ਉਹ ਇਸ ਤਰ੍ਹਾਂ ਅਸੁਰੱਖਿਅਤ ਹੋ ਗਏ ਤਾਂ ਕਿਵੇਂ ਆਪਣੇ ਕੰਮ ਤੇ ਜਾਵਾਂਗੇ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦਾਅਵੇ ਕਰਦੀ ਹੈ ਪਰ ਜੇਕਰ ਕੋਈ ਫੜਿਆ ਜਾਂਦਾ ਤਾਂ ਫਰਕ ਪੈ ਗਿਆ ਹੋਣਾ ਸੀ। ਉਹਨਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਤਾਂ ਕਾਰਵਾਈ ਹੋਵੇਗੀ। ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਉਹਨਾਂ ਦਾ ਹੋਰ ਵਿਰੋਧ ਕਰਦੀ ਤਾਂ ਉਹ ਉਸਦਾ ਨੁਕਸਾਨ ਕਰ ਸਕਦੇ ਸਨ। ਉਸ ਅਨੁਸਾਰ ਮਹਿਲਾਵਾਂ ਦਾ ਇਕੱਲੇ ਆਉਣਾ ਜਾਣਾ ਔਖਾ ਹੋ ਗਿਆ ਹੈ। ਔਰ ਹਮ ਲੋਕ ਟੀਚਿੰਗ ਕਮਿਊਨਿਟੀ ਐਸੀ ਹੈ ਕਿ ਹਮਨੇ ਇਸੀ ਟਾਈਮ ਵਾਪਿਸ ਆਉਣਾ ਔਰ ਇਸੀ ਟਾਈਮ ਹਮ ਇਤਨੇ ਇਨਸਿਕਿਓਰ ਹੋ ਗਏ ਤਾਂ ਹਮ ਕੈਸੇ ਨੌਕਰੀਆਂ ਕਰੇਂਗੇ, ਕੈਸੇ ਜੋਬਸ ਕਰੇਂਗੇ। ਕਿ ਪਹਿਲੇ ਵੀ ਇਹ ਘਟਨਾ ਯਹੀ ਹੋਈ ਹੈ, ਅਧਿਆਪਿਕਾ ਕੇ ਸਾਥ ਇੱਕ ਟੀਚਰ ਕੇ ਸਾਥ ਹੋਈ ਹੈ, ਤੋ ਇਸ ਤਰ੍ਹਾਂ ਸੇ ਤੋ ਹਮਾਰੇ ਲਈ ਬੜੀ ਇਨਸਿਕਿਓਰਿਟੀ ਹੋ ਜਾਏਗੀ, ਹਮਾਰੇ ਘਰ ਵਾਲੋ ਕੇ ਲਈ ਬੜੀ ਇਨਸਿਕਿਓਰਿਟੀ ਹੈ ਕਿ ਉਹ ਯਹੀ ਦੇਖਤੇ ਰਹਿ ਜਾਏਂਗੇ। ਇਸ ਲਈ ਪੁਲਿਸ ਤੋਂ ਦਾਅਵੇ ਕਰਤੀ ਹੈ, ਲੇਕਿਨ ਅਭੀ ਤੱਕ ਤੋ ਕੁਛ ਐਸਾ ਹੋਆ ਨਹੀਂ ਹੈ ਕਿ ਕੋਈ ਅਗਰ ਪਕੜਾ ਹੀ ਜਾਏ ਤੋ ਸ਼ਾਇਦ ਅਬ ਤੱਕ ਕੁਛ ਫਰਕ ਪੜ ਚੁੱਕਾ ਹੋਤਾ ਇਨ ਵਾਰਦਾਤ ਤੋ, ਪਰ ਅਭੀ ਤੱਕ ਤੋ ਕੁਛ ਨਜ਼ਰ ਹੀ ਨਹੀਂ ਆ ਰਹਾ, ਲੇਕਿਨ ਜੈਸੇ ਆਰਡਰ ਕੀਆ ਤੋ ਹੋ ਸਕਤਾ ਹੈ ਕੁਛ ਹੋ ਜਾਏ ਹੋਪਫੁਲੀ। ਅਧਿਆਪਿਕਾ ਦਾ ਮੰਨਣਾ ਹੈ ਕਿ ਪੁਲਿਸ ਨੂੰ ਇਹਨਾਂ ਲੁਟੇਰਿਆਂ ਬਾਰੇ ਕੁਛ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕਿਸੇ ਨਾਲ ਕੋਈ ਹਾਦਸਾ ਨਾ ਹੋਵੇ। ਉਹ ਰੱਬ ਦਾ ਸ਼ੁਕਰ ਮਨਾਉਂਦੀ ਹੈ ਕਿ ਜਾਨ ਬਚ ਗਈ ਜੋ ਵੱਡੀ ਗੱਲ ਹੈ, ਚੀਜ਼ਾਂ ਦਾ ਨਾਂ ਵੀ ਹੋਣ ਤਾਂ ਸਰ ਜਾਂਦਾ ਹੈ। ਜੇਕਰ ਕੱਲ੍ਹ ਨੂੰ ਕਿਸੇ ਨਾਲ ਕੋਈ ਹਾਦਸਾ ਹੋ ਗਿਆ ਤਾਂ ਫਿਰ ਭਾਵੇਂ ਪ੍ਰਸ਼ਾਸਨ ਦੀ ਅੱਖ ਖੁੱਲ੍ਹੇ ਜਾਂ ਨਾ ਖੁੱਲ੍ਹੇ, ਇਸ ਦਾ ਪਤਾ ਨਹੀਂ। ਸੁਰੱਖਿਆ ਦੀ ਬਾਤ ਕੀ ਜਾਂਦੀ ਹੈ ਕਿ ਮਹਿਲਾਵਾਂ ਕੀ ਬਹੁਤ ਜ਼ਿਆਦਾ, ਬਿਲਕੁਲ ਨਹੀਂ ਹੈ, ਬਹੁਤ ਬੁਰਾ ਹਾਲ ਹੈ। ਅਗਰ ਬਾਤ ਕਰੇ ਤੋ ਵਹੀ ਮੈਂ ਆਪਕੋ ਬਾਰ ਬਾਰ ਕਹਿ ਰਹੀ ਹੂੰ ਕਿ ਇਸ ਤਰ੍ਹਾਂ ਸੇ ਹਮਾਰੀ ਨੌਕਰੀਆਂ ਕਰਨੀ ਮੁਸ਼ਕਿਲ ਹੋ ਜਾਏਗੀ, ਕਿ ਹਮ ਆਏਂਗੇ ਜਾਏਂਗੇ ਕੈਸੇ। ਇਸ ਚੀਜ਼ ਕੋ ਜ਼ਰੂਰ ਕੰਸੀਡਰ ਕੀਆ ਜਾਏ, ਦੇਖਾ ਜਾਏ ਕਿ ਅੱਗੇ ਸੇ ਔਰ ਕੋਈ ਐਸਾ ਹਾਦਸਾ, ਆਜ ਜਾਨ ਬਚ ਗਈ ਸਭਸੇ ਬੜੀ ਬਾਤ ਇਹ ਹੈ, ਜਾਨ ਬਚ ਗਈ ਚੀਜ਼ੇ ਤੋ ਫਿਰ ਵੀ ਹਮ ਕਹਤੇ ਹੈ ਕਿ ਨਾ ਵੀ ਹੋ ਤੋ ਵੀ ਚਲ ਜਾਤਾ, ਲੇਕਿਨ ਅੱਜ ਜਾਨ ਬਚ ਗਈ, ਕੱਲ੍ਹ ਕੋ ਕਿਸੀ ਕੇ ਸਾਥ ਹੋ ਗਿਆ ਹਾਦਸਾ ਤੋ ਫਿਰ ਪਤਾ ਨਹੀਂ, ਸ਼ਾਇਦ ਕਿਸੀ ਕੀ ਨੀਂਦ ਖੁੱਲ੍ਹੇ ਜਾਂ ਨਹੀਂ ਖੁੱਲ੍ਹੇ।
ਬੇਸ਼ੱਕ ਜਿਸ ਤਰ੍ਹਾਂ ਸ਼ੈਲੀ ਛਾਬੜਾ ਨੇ ਬਹਾਦਰੀ ਦਾ ਸਬੂਤ ਦਿੱਤਾ ਹੈ ਉਹ ਸ਼ਲਾਘਾਯੋਗ ਹੈ, ਪਰ ਇੱਥੇ ਜਾਂਚ ਕਰਨ ਪਹੁੰਚੇ ਇੱਕ ASI ਸਾਹਿਬ ਸਿੰਘ ਦੀ ਮਾੜੀ ਸ਼ਬਦਾਵਲੀ ਨੇ ਪੁਲਿਸ ਡਿਪਾਰਟਮੈਂਟ ਨੂੰ ਸ਼ਰਮਸਾਰ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੂੰ ਲੋੜ ਹੈ ਕਿ ਅਜਿਹਾ ਵਤੀਰਾ ਵਰਤਣ ਵਾਲੇ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਈ ਜਾਵੇ ਤਾਂ ਜੋ ਘਟਨਾ ਤੋਂ ਬਾਅਦ ਪੁਲਿਸ ਮਦਦ ਲੈਣ ਲਈ ਆਏ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਨਾ ਹੋਵੇ।